ਸੁਬਰਮਨੀਅਮ ਸੁਆਮੀ ਵੱਲੋਂ ਕਰਤਾਰਪੁਰ ਲਾਂਘੇ ਸੰਬੰਧੀ ਬਹੁਤ ਹੀ ਮੰਦਭਾਗਾ ਬਿਆਨ ਦਿੱਤਾ ਗਿਆ ਕਿ ਇਹ ਲਾਂਘਾ ਜਿਹੜਾ ਆ ਉਹ ਨਹੀਂ ਖੁੱਲ੍ਹਣਾ ਚਾਹੀਦਾ, ਇਹਨੂੰ ਬੰਦ ਕਰ ਦੇਣਾ ਚਾਹੀਦਾ ਇਹਦੇ 'ਤੇ ਚੱਲਦੇ ਕੰਮ ਨੂੰ, ਜੋ ਬਹੁਤ ਹੀ ਮੰਦਭਾਗਾ ਬਿਆਨ ਹੈ। ਔਰ ਇਸ ਬਿਆਨ ਪ੍ਰਤੀ ਦੇਸ਼ ਔਰ ਵਿਦੇਸ਼ ਵਿੱਚ ਵੱਸਦੇ ਸਿੱਖ ਭਾਈਚਾਰੇ ਦੇ ਵਿੱਚ ਬਹੁਤ ਭਾਰੀ ਰੋਹ ਅਤੇ ਰੋਸ ਹੈ। ਅਸੀਂ ਇਹ ਦੋਵਾਂ ਦੇਸ਼ਾਂ ਦੀਆਂ, ਪਾਕਿਸਤਾਨ ਔਰ ਭਾਰਤ ਦੀ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਸ ਲਾਂਘੇ ਨੂੰ ਜਲਦੀ ਤੋਂ ਜਲਦੀ ਜਿਹੜਾ ਉਹ ਖੋਲ੍ਹਿਆ ਜਾਵੇ ਔਰ ਇਹਦਾ ਜਿਹੜਾ ਕੰਮ ਆ ਉਹ ਨਿਸ਼ਚਿਤ ਸਮੇਂ ਤੋਂ ਵੀ ਪਹਿਲਾਂ ਮੁਕੰਮਲ ਕਰਕੇ ਇਹਨੂੰ ਜਲਦੀ ਤੋਂ ਜਲਦੀ ਖੋਲ੍ਹਿਆ ਜਾਵੇ, ਤਾਂ ਕਿ ਜਿਹੜੇ ਇਹਦੇ ਨਾਲ ਜਿਹੜੇ ਨੇ ਉਹ ਸਿੱਖ ਭਾਵਨਾਵਾਂ ਜਿਹੜੀਆਂ ਨੇ ਉਹ ਖੁਸ਼ੀ ਮਹਿਸੂਸ ਕਰਨ। ਔਰ ਦੂਜੀ ਗੱਲ ਇਹ ਹੈਗੀ ਕਿ ਜਦੋਂ ਇਹ ਲਾਂਘਾ ਖੁੱਲ੍ਹੇਗਾ ਇਹਦੇ ਨਾਲ ਦੋ ਦੇਸ਼ਾਂ ਦੇ ਵਿੱਚ ਜਿਹੜੇ ਆ ਅਮਨ ਭਾਈਚਾਰਕ ਦੀ ਸਾਂਝ ਵੀ ਵਧੇਗੀ।